ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਸੋ ਐਸ ਅ ਵਲੌਗ ਹੈ ਯਾਰ ਰਿਫਿਊਜੀ ਸਟੇਟਸ ਬਾਰੇ ਸ ਜਿਹਨੂੰ ਅਸਾਈਲਮ ਵੀ ਕਿਹਾ ਜਾਂਦਾ ਵਾ ਸੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕੌਣ ਕੌਣ ਰਿਫਿਊਜੀ ਸਟੇਟਸ ਅਪਲਾਈ ਕਰ ਸਕਦਾ ਵਾ ਕਿਵੇਂ ਤੁਸੀਂ ਜਿਹੜਾ ਰਿਫਿਊਜੀ ਸਟੇਟਸ ਕਲੇਮ ਕਰ ਸਕਦੇ ਹੋ ਗਵਰਨਮੈਂਟ ਦੇ ਵੱਲੋਂ ਤੁਹਾਨੂੰ ਕੀ ਕੀ ਸਹੂਲਤਾਂ ਮਿਲਦੀਆਂ ਵਾ ਤੇ ਕਿੰਨਾ ਕਿ ਈਜ਼ੀ ਹੈ ਪ੍ਰੋਸੈਸ ਆ ਹਾਂ ਸੋ ਵੀਡੀਓ ਨੂੰ ਤੁਸੀਂ ਸਾਰਿਆਂ ਨੂੰ ਦੇਖਿਓ ਕਿਉਂਕਿ ਕੱਲਾ ਇਹ ਦੱਸਣਾ ਵੀ ਹਾਂ ਤੁਸੀਂ ਰਿਫਿਊਜੀ ਕੇਸ ਲਾ ਦੋਗੇ ਇਹ ਇੰਨਾ ਜ਼ਰੂਰੀ ਨਹੀਂ ਹੈਗਾ ਹਨਾ ਜ਼ਰੂਰੀ ਹੈਗਾ ਵੀ ਆਪ ਨੂੰ ਇਹਦੀ ਸਾਰੀ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਵੀ ਕਿੰਨੇ ਕੇਸ ਆਪਾਂ ਇਹਦੇ ਲੱਗਦੇ ਨੇ ਇਹਦਾ ਮਤਲਬ ਕਿ ਅਪਰੂਵ ਅਪਲੀਕੇਸ਼ਨਾਂ ਕਿੰਨੀਆਂ ਹੁੰਦੀਆਂ ਨੇ ਕੌਣ ਬੰਦਾ ਲਾ ਸਕਦਾ ਕਿਵੇਂ ਲਾ ਸਕਦਾ ਤੇ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ ਐਂਡ ਤੇ ਤੁਹਾਨੂੰ ਦੱਸਾਂਗੇ ਸਾਰੀ ਚੀਜ਼ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਨ ਲੱਗੇ ਆ ਡਿਸਕਸ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਉਸ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਸਾਡਾ YouTube ਚੈਨਲ ਵੀ ਹੈਗਾ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਸੋ ਆਪਾਂ ਕਦ ਦੇ ਕੇ ਰਿਫਿਊਜੀ ਕੈਨੇਡਾ ਜਾਂ ਹੋਰ ਕੰਟਰੀਸ ਕਦੋਂ ਅਕਸੈਪਟ ਕਰਨ ਲੱਗੀਆਂ ਸੋ ਜੇ ਆਪਾਂ ਗੱਲਬਾਤ ਕਰੀਏ ਕੈਨੇਡਾ ਦੀ ਤੇ 1951 ਦੇ ਵਿੱਚ ਕੈਨੇਡਾ ਜਿਹੜਾ ਸੀਗਾ ਉਹ ਰਿਫਿਊਜੀ ਅਕਸੈਪਟ ਕਰਨ ਲੱਗੀ ਸੀਗੀ ਤੇ ਜੇ ਆਪਾਂ ਗੱਲ ਕਰੀ ਯੂ ਐਸ ਏ ਦੀ ਤੇ ਯੂ ਐਸ ਏ 1967 ਦੇ ਵਿੱਚ ਯੂ ਐਸ ਏ ਨੇ ਇਹ ਕਾਨੂੰਨ ਆਪਣੇ ਦੇਸ਼ ਦੇ ਵਿੱਚ ਲਾਗੂ ਕੀਤਾ ਸੀਗਾ ਸੋ ਉਹਨਾਂ ਨੇ ਇਹ ਨਿਊਯਾਰਕ ਦੇ ਵਿੱਚ ਆਪਣਾ ਜਿਹੜਾ ਇਹ ਕਾਨੂੰਨ ਲਾਗੂ ਕੀਤਾ ਸੀਗਾ ਕਿ ਵੀ ਇਹ ਦੋ ਇਦਾਂ ਦੀਆਂ ਕੰਟਰੀਆਂ ਸੀਗੀਆਂ ਜਿਹੜੀਆਂ ਕਹਿੰਦੀਆਂ ਸੀਗੀਆਂ ਵੀ ਅਸੀਂ ਥਰਡ ਥਰਡ ਕੰਟਰੀ ਤੋਂ ਵੀ ਅਸੀਂ ਉਹਨਾਂ ਲੋਕਾਂ ਨੂੰ ਅਸੀਂ ਪ੍ਰੋਟੈਕਟ ਕਰਾਂਗੇ ਉਹਨਾਂ ਲੋਕਾਂ ਨੂੰ ਅਸੀਂ ਇੱਥੇ ਐਜ਼ ਅ ਰਿਫਿਊਜੀ ਜੇਕਰ ਸਾਡੇ ਕੋਲੇ ਆਉਂਦੇ ਆ ਤੇ ਉਹਨਾਂ ਨੂੰ ਅਸੀਂ ਪ੍ਰੋਟੈਕਟ ਕਰਾਂਗੇ ਹਿਊਮਨ ਰਾਈਟਸ ਨੂੰ ਅਸੀਂ ਪ੍ਰੋਟੈਕਟ ਕਰਾਂਗੇ ਇਸੇ ਕਰਕੇ ਜ਼ਿਆਦਾਤਰ ਜਿਹੜੇ ਰਿਫਿਊਜੀ ਆਗੇ ਉਹ ਇਨ੍ਹਾਂ ਕੰਟਰੀਆਂ ਦੇ ਵਿੱਚ ਆਉਂਦੇ ਆਗੇ ਸੋ ਹੁਣ ਆਪਾਂ ਗੱਲਬਾਤ ਕਰਦੇ ਆਂ ਵੀ ਰਿਫਿਊਜੀ ਕੀ ਕਿਹਨੂੰ ਕਹਿੰਦੇ ਆ ਤੇ ਕੌਣ ਰਿਫਿਊਜੀ ਸਟੇਟਸ ਲੈ ਸਕਦਾ ਉਹ ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਜਿਵੇਂ ਕੋਈ ਸਟੂਡੈਂਟ ਆਇਆ ਉਹਦੇ ਕੋਲੇ ਸਟੱਡੀ ਕੰਪਲੀਟ ਨਹੀਂ ਹੋਈ ਤੱਕ ਕਈ ਲੋਕ ਵੀ ਮੈਂ ਕਹਿੰਦੇ ਸੁਣਿਆ ਕਿ ਕੋਈ ਗੱਲ ਨਹੀਂ ਡਿਪੋਰਟ ਨਹੀਂ ਹੁੰਦੇ ਰਿਫਿਜੀ ਸਟੇਟਸ ਅਪਲਾਈ ਕਰਦੇ ਹਾਂ ਕਈ ਲੋਕ ਵੈਸਟਰ ਵੀਜ਼ੇ ਤੇ ਵੀ ਇੱਥੇ ਆਉਂਦੇ ਆਗੇ ਉਹ ਵੀ ਰਿਫਿਜੀ ਕਲੇਮ ਲਾ ਦਿੰਦੇ ਆਗੇ ਐਕਚੁਅਲ ਦੇ ਵਿੱਚ ਤੁਹਾਡੇ ਕੋਲੇ ਹੋਰ ਬਹੁਤ ਸਾਰੀਆਂ ਆਪਸ਼ਨ ਹੁੰਦੀਆਂ ਨੇ ਇੱਥੇ ਪੱਕੇ ਹੋਣ ਦੇ ਲਈ ਵਰਕ ਪਰਮਿਟ ਲੈਣ ਦੇ ਲਈ ਸੋ ਜਿਹੜੀ ਰਿਫਿਜੀ ਕਲੇਮ ਲੈਣਾਗਾ ਇਹ ਤਾਂ ਇੱਕ ਲਾਸਟ ਆਪਸ਼ਨ ਕਹਿ ਲੋ ਹਣਾ ਤੇ ਜਾਂ ਇਹ ਆਪਸ਼ਨ ਉਦੋਂ ਕੰਮ ਆਉਂਦੀ ਹੈ ਜਦੋਂ ਕੋਈ ਹੋਰ ਆਪਸ਼ਨਾਂ ਨਹੀਂ ਪਾਚਦੀਆਂ ਫੇਰ ਆਪਾਂ ਸੋਚ ਸਕਦੇ ਹਾਂ ਬਟ ਇਹ ਵੀ ਜੇਕਰ ਆਪਣੇ ਤੇ ਸੈੱਟ ਬੈੰਦੀ ਜਾਗੀ ਫੇਰ ਹੀ ਆ ਇਹ ਨਹੀਂ ਹੈਗਾ ਵੀ ਜਣਾ ਖਾਣਾ ਚੱਕ ਕੇ ਰਿਫਿਊਜੀ ਲਾ ਦੇ ਹਾਂ ਸਿਰਫਿਊਜੀ ਕਲੇਮ ਕਾਨਾ ਸੌਖਾ ਬਬਟੋ ਦੀ ਅਪਰੂਵਲ ਆਉਣੀ ਉਹ ਸਭ ਤੋਂ ਵੱਡਾ ਕਾਰਨ ਹੁੰਦਾ ਸੋ ਜੇ ਤੁਸੀਂ ਸਟੂਡੈਂਟ ਆਉਂਦੇ ਹੋ ਜੇ ਤੁਸੀਂ ਵਿਜ਼ਟਰ ਆਉਂਦੇ ਹੋ ਫਿਰ ਤੁਸੀਂ ਰਿਫਿਊਜੀ ਜਿਹੜਾ ਉਹ ਕਲੇਮ ਨਹੀਂ ਕਰ ਸਕਦੇ ਕੁਕੇ ਰਿਫਿਜੀਟ ਜਦ ਤੁਸੇ ਕਲੇਮ ਕਰਦੇ ਉਹਦਾ ਮਤਲਬ ਹੁੰਦਾ ਕਿ ਤੁਹਾਨੂੰ ਤੁਹਾਡੇ ਦੇਸ਼ ਦੇ ਵਿੱਚ ਕੁਝ ਕੋਈ ਖਤਰਾ ਆਵਾ ਜਾਂ ਤੁਹਾਨੂੰ ਧਾਰਮਿਕ ਤੌਰ ਦੇ ਉੱਤੇ ਹਨਾ ਵੀ ਕੋਈ ਖਤਰਾ ਆਵਾ ਤੁਹਾਨੂੰ ਕੋਈ ਧਮਕੀਆਂ ਦਿੰਦਾ ਵਜਾ ਕਾਸਟ ਦੇ ਨਾਮ ਦੇ ਉੱਤੇ ਹਾਂ ਜਾਂ ਤੁਹਾਨੂੰ ਇਹ ਆਗਾ ਵੀ ਤੁਹਾਨੂੰ ਤੁਹਾਡੀ ਕੰਟਰੀ ਦੇ ਵਿੱਚ ਤੁਹਾਡੀ ਜਾਨ ਨੂੰ ਖਤਰਾ ਵੀ ਤੁਹਾਨੂੰ ਕੋਈ ਮਾਰ ਦੂਗਾ ਉੱਥੇ ਪਰ ਇਹ ਚੀਜ਼ ਆ ਗਈ ਵੀ ਜਦੋਂ ਵੀ ਇਹ ਰਿਫਿਜੀ ਕਲੇਮ ਕਰਨਾ ਨਾ ਉਸ ਟਾਈਮ ਤੇ ਤੁਹਾਡੇ ਕੋਲੇ ਬਹੁਤ ਸਟਰੋਂਗ ਪੁਆਇੰਟ ਹੋਣੇ ਚਾਹੀਦੇ ਆਗੇ ਇਹ ਨਹੀਂ ਹੈਗਾ ਵੀ ਇੱਕ ਮਾਨ ਕਾਟ ਤੱਕ ਕਹਾਣੀ ਘੜਤੀ ਤੇ ਚਲੋ ਜੀ ਆਪਾਂ ਰਫਿਜੀ ਕੇਸ ਲਾਤਾ ਤੇ ਅੱਬ ਤੁਹਾਨੂੰ ਐਂਡ ਵਲੌਗ ਦੇ ਐਂਡ ਤੇ ਇਹ ਗੱਲ ਜ਼ਰੂਰ ਦੱਸਾਂਗੇ ਕਿ ਕਿੰਨੇ ਪਰਸੈਂਟ ਰਫਿਜੀ ਐਪਲੀਕੇਸ਼ਨਸ ਜਿਹੜੀਆਂ ਅਪਰੂਵ ਹੁੰਦੀਆਂ ਤੇ ਕਿੰਨੇ ਪਰਸੈਂਟ ਰਿਜੈਕਟ ਹੁੰਦੀਆਂ ਸੋ ਆਪਾਂ ਨੂੰ ਪਤਾ ਵਾ ਕਿ ਆਪਾਂ ਸੁਣਿਆ ਵੀ ਆ ਹਨਾ ਜਦੋਂ ਆਪਾਂ ਇੰਡੀਆ ਵੀ ਸੀਗੇ ਕਿ 1984 ਦੇ ਵਿੱਚ ਬਹੁਤ ਲੋਕ ਕੈਨੇਡਾ ਆਏ ਆ ਹਨਾ ਤੇ ਕਈ ਵਾਰ ਆਪਾਂ ਕਹਿੰਦੇ ਵੀ ਆ ਨਾ ਕਿ ਜਿਹੜੇ ਬਹੁਤ ਆ ਮੀਨ ਲੋਕ ਆ ਵੀ ਇਹ ਤਾਂ 84 ਦੇ ਟਾਈਮ ਤੇ ਆਏ ਆ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਸੋ ਕਹਿੰਦੇ ਕਿ ਉਦੋਂ ਬਹੁਤ ਜ਼ਿਆਦਾ ਰਿਫਿਊਜੀ ਕੇਸ ਜਿਹੜੇ ਸੀਗੇ ਲੋਕਾਂ ਨੇ ਲਾਏ ਸੀਗੇ ਕਿਉਂਕਿ ਉਦੋਂ ਜੋ ਆਪਣੇ ਦੇਸ਼ ਤੇ ਹਾਲਾਤ ਸੀਗੇ ਤਾਂ ਲੋਕਾਂ ਨੇ ਕਿਹਾ ਉੱਥੇ ਵੀ ਅਸੀਂ ਸੇਫ ਵੀ ਨਿਗਾ ਦਿੱਤੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਹਾਂ ਸੋ ਜੇ ਆਪਾਂ 2021 ਦੇ ਵਿੱਚ ਵੀ ਗੱਲ ਕਰੀਏ ਤਾਂ 3400 ਫਾਈਲਾਂ ਜੜੀਆਂ ਆਂ ਸੀ ਨੀਆਂ ਆ ਜਿਹਦੇ ਵਿੱਚ 90% ਫਾਈਲਾਂ ਰਿਜੈਕਟ ਹੋਈਆਂ ਸੀਗੀਆਂ ਤੇ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਇਹ ਜਿਹੜਾ ਫਾਈਲਾਂ ਅਸੈਪਟ ਕੀਤੀਆਂ ਗਈਆਂ ਸੀਆਂ ਉਹ ਬਰਾਜ਼ੀਲ ਵੱਲੋਂ ਕੀਤੀਆਂ ਗਈਆਂ ਸੀ ਜਾਂ ਕੈਨੇਡਾ ਵੱਲੋਂ ਕੀਤੀਆਂ ਗਈਆਂ ਸੀ ਪਰ ਫਿਰ ਵੀ ਜੇ ਅਗਰ ਆਪਾਂ ਨੰਬਰ ਦੇਖੀਏ ਤਾਂ 90% ਰਿਜੈਕਟ ਹੋਈਆਂ ਸੀਗੀਆਂ ਸੋ ਕਿਤੇ ਨਾ ਕਿਤੇ ਅੱਗੇ ਜਾ ਕੇ ਇਹ ਨੰਬਰ ਘਟਦਾ ਜਾ ਰਿਹਾ ਸੋ ਹੁਣ ਆਪਾਂ ਗੱਲਬਾਤ ਕਰਦੇ ਕਿ ਰਿਫਿਊਜ਼ੀ ਸਟੇਟਸ ਕਿੰਨੇ ਤਰ੍ਹਾਂ ਦਾ ਦਮ ਲੋ ਕਿ ਕਿੰਨੇ ਤਰੀਕਿਆਂ ਦੇ ਨਾਲ ਆਪਾਂ ਰਿਫਿਊਜ਼ੀ ਕਲੇਮ ਕਰ ਸਕਦੇ ਸੋ ਬੇਸਿਕਲੀ ਦੋ ਤਰੀਕੇ ਹੁੰਦੇ ਆ ਨਾ ਇੱਕ ਤਾਂ ਹੁੰਦਾ ਆਊਟਸਾਈਡ ਕੈਨੇਡਾ ਇੱਕ ਹੁੰਦਾ ਇਨਸਾਈਡ ਕੈਨੇਡਾ ਆਊਟਸਾਈਡ ਕੈਨੇਡਾ ਮਤਲਬ ਤੁਸੀਂ ਆਪਣੇ ਦੇਸ਼ ਦੇ ਵਿੱਚ ਬੈਠੇ ਹੋ ਤੇ ਤੁਸੀਂ ਉੱਥੋਂ ਕਲੇਮ ਕਰਨਾ ਕਿ ਇਹ ਦੇਸ਼ ਮੈਂ ਮੈਂ ਇੱਥੇ ਸੇਫ ਨਹੀਂ ਫੀਲ ਕਰਦਾ ਤੇ ਮੈਨੂੰ ਨਿਕਲਣਾ ਚਾਹੁੰਨਾ ਵਾ ਤੇ ਮੇਰੇ ਰਿਫਿਊਜੀ ਕਲੇਮ ਕਰਦਾ ਵਾ ਤੇ ਇਨਸਾਈਡ ਕੈਨੇਡਾ ਦਾ ਹੁੰਦਾ ਵਾ ਕਿ ਮੰਨ ਲਓ ਕਿ ਤੁਸੀਂ ਤੁਹਾਡੇ ਕੋ ਕੈਨੇਡਾ ਦਾ ਵੀਜ਼ਾ ਵਾ ਤੁਸੀਂ 에ਰਪੋਰਟ ਤੇ ਆਗੇ ਤੇ ਉੱਥੇ ਆ ਕੇ ਤੁਸੀਂ ਇਮੀਗ੍ਰੇਸ਼ਨ ਆਫਿਸ ਨੂੰ ਕਹਿਣਾ ਵਾ ਕਿ ਮੈਨੂੰ ਮੇਰੇ ਦੇਸ਼ ਤੇ ਖਤਰਾ ਵਾ ਤੇ ਹੁਣ ਮੈਂ ਇੱਥੇ ਰਿਫਿਊਜੀ ਕਲੇਮ ਕਰਦਾ ਵਾ ਪਰ ਉਹਦੇ ਕੁਝ ਸਟੈਪ ਹੁੰਦੇ ਆ ਪਾਉ ਦੱਸ ਦਿਆਂ ਕਿ ਹਾਂ ਸੋ ਜਦੋਂ ਤੁਸੀਂ ਇਨਸਾਈਡ ਕੈਨੇਡਾ ਜਾਣੇ ਹੋ ਤਾਂ ਪੁਆਇੰਟ ਆਫ ਐਂਟਰੀ ਤੇ ਹੀ ਤੁਸੀਂ ਜਿਹੜਾ ਅਸਾਈਲਮ ਆਪਣਾ ਉਹ ਕਲੇਮ ਕਰਨਾ ਹੁੰਦਾ ਉਸੇ ਟਾਈਮ ਤੇ ਤੁਹਾਡਾ ਪਹਿਲਾਂ ਹੀ ਲੋਅਰ ਹੋਈਤਾ ਹੁੰਦਾ ਨਾ ਸੋ ਜਿਹੜਾ ਤੁਹਾਡਾ ਮਤਲਬ ਕਿ ਇੱਕ ਪਰਸਨਲ ਲੋਅਰ ਕਹਿ ਲੋ ਹਣਾ ਵੀ ਉਹ ਸਾਰਾ ਇਹ ਕੇਸ ਦੇਖਦਾਗਾ ਉਸ ਟਾਈਮ ਤੇ ਇੱਕ ਇਹ ਵੀ ਚੀਜ਼ ਹੁੰਦੀ ਆ ਨਾ ਵੀ ਇਹਦਾ ਡੀਮੈਰਿਟ ਪੁਆਇੰਟ ਇੱਕ ਇਹ ਹੈਗਾ ਵੀ ਤੁਹਾਡੇ ਕੋਲੇ ਟਾਈਮ ਲਾਈਨ ਆ ਜਿਹੜੀ ਬਹੁਤ ਸ਼ਾਰਟ ਹੁੰਦੀ ਆ ਉਸ ਸ਼ਾਰਟ ਦੇ ਵਿੱਚ ਤੁਸੀਂ ਆਪਣੇ ਸਾਰੇ ਡਾਕੂਮੈਂਟ ਆਗੇ ਜਿਹੜੇ ਉਹ ਤੁਸੀਂ ਆਪਣੇ ਰੈਫਿਊਜੀ ਕੇਸ ਦੇ ਲਈ ਤੁਸੀਂ ਸਬਮਿਟ ਕਰਨੇ ਹੁੰਦੇ ਆ ਪਰ ਕਹਿੰਦੇ ਕਿ ਡਾਕੂਮੈਂਟ ਜਿਹੜੇ ਆ ਬਹੁਤ ਜ਼ਿਆਦਾ ਹੁੰਦੇ ਆ ਇਹਨਾਂ ਕੇਸਿਸ ਦੇ ਵਿੱਚ ਪਰ ਇਹ ਨਹੀਂ ਹੈਗਾ ਕਿ ਮੰਨ ਲਵੋ ਕਿ ਜੇ ਤੁਹਾਡਾ ਰਿਫਿਊਜ਼ੀ ਕੇਸ ਡਿਨਾਈਡ ਹੋ ਗਿਆ ਤੇ ਤੁਸੀਂ ਕੰਟਰੀ ਛੱਡ ਕੇ ਚਲੀ ਜਾਣੀ ਹੈ ਨਹੀਂ ਜੇ ਤੁਹਾਡਾ ਰਿਫਿਊਜ਼ੀ ਕੇਸ ਇੱਕ ਵਾਰ ਡਿਨਾਈਡ ਹੋ ਗਿਆ ਤਾਂ ਤੁਸੀਂ ਅਪੀਲ ਕਰ ਸਕਦੇ ਹੋ ਹੁਣ ਅੱਗੇ ਆਪਣੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਵਾ ਕਿ ਕੀ ਰਿਫਿਊਜ਼ੀ ਇੱਥੇ ਆ ਗਏ ਹਨਾ ਲੀਗਲੀ ਉਹ ਕੰਮ ਨਹੀਂ ਕਰ ਸਕਦੇ ਹੁੰਦੇ ਨਾ ਹਾਂ ਫਿਰ ਉਹਨਾਂ ਦਾ ਮਤਲਬ ਕਿ ਖਰਚਾ ਵਰਚਾ ਕਿਵੇਂ ਚੱਲਦਾਗਾ ਤੋ ਕੀ ਹੁੰਦਾ ਵਾ ਗਵਰਨਮੈਂਟ ਵੀ ਹੈਲਪ ਕਰਦੀ ਐ ਸੋ ਗਵਰਨਮੈਂਟ ਕੀ ਕਰਦੀ ਐ ਕਿ ਰਿਫਿਊਜੀਸ ਨੂੰ 1 ਸਾਲ ਦਾ ਖਾਣਾ ਪਾਣੀ ਦਾ ਖਰਚਾ ਰਹਿਣ ਦਾ ਖਰਚਾ ਸਾਰੀਆਂ ਮਤਲਬ ਸੁਵਿਧਾਵਾਂ ਜਿਹੜੀਆਂ ਸਰਕਾਰ ਪ੍ਰੋਵਾਈਡ ਕਰਵਾਉਂਦੀ ਐ ਤੇ ਦੂਜੇ ਪਾਸੇ ਹੁੰਦਾ ਵਾ ਕਿ ਜੇ ਤੁਹਾਡਾ ਕੋਈ ਰਿਸ਼ਤੇਦਾਰ ਇੱਥੇ ਆ ਤਾਂ ਉਹ ਕਵੇ ਕਿ ਹਾਂ ਮੈਂ ਮਦਦ ਕਰਦਾ ਵਾਂ ਤੇ ਤੁਸੀਂ ਉਹਦੀ ਮਦਦ ਲੈ ਸਕਦੇ ਬੇਸਿਕਲੀ ਵੀ ਜੇਕਰ ਉਹ ਬੰਦਾ ਰਿਸਪੌਂਸਿਬਿਲਟੀ ਚਾਹਕਦਾ ਵੀ ਇਹ ਬੰਦੇ ਦੀ ਕੇਅਰ ਮੈਂ ਕਰੂੰਗਾ ਹਨਾ ਫਿਰ ਤੁਸੀਂ ਜ਼ਿੰਮੇਵਾਰ ਹੁੰਨੇ ਆ ਉਹਦੇ ਨਹੀਂ ਤਾਂ ਤੁਹਾਨੂੰ ਗਵਰਨਮੈਂਟ ਖਰਚਾ ਦਿੰਦੀ ਆ ਮੈਂ ਕੱਲ ਹੀ ਇੱਕ ਨਿਊਜ਼ ਸੁਣ ਰਿਹਾ ਸੀਗਾ ਰੇਡੀਓ ਤੇ ਕਹਿੰਦੇ ਇਸ ਵਾਰ ਨਾ ਵੀ ਜਿਵੇਂ ਨਾਈਗਰਾ ਵਾਲੀ ਸਾਈਡ ਕਾਫੀ ਰਿਫਿਊਜੀ ਇੱਧਰ ਆ ਰਹੇ ਆ ਤੇ ਗਵਰਨਮੈਂਟ ਨੇ ਕੀ ਕੀਤਾ ਉੱਥੋਂ ਦੇ ਜਿਹੜੇ ਹੋਟਲ ਆ ਉਹ ਬੁੱਕ ਕੀਤੇ ਆ 2000 ਕਮਰਾ ਉਹਨਾਂ ਨੇ ਬੁੱਕ ਕਰ ਲਿਆ ਜਿਹੜਾ ਕਿ ਪਹਿਲਾਂ ਦੇ ਟਾਈਮ ਦੇ ਵਿੱਚ ਸਿਰਫ 80 90 ਕੋ ਕਮਰੇ ਜਿਹੜੇ ਬੁੱਕ ਹੁੰਦੇ ਸੀਗੇ ਸੋ ਇਹਨਾਂ ਰਿਫਿਊਜੀ ਜਿਹੜਾ ਇੱਥੇ ਆਉਂਦਾ ਤੇ ਗਵਰਨਮੈਂਟ ਜਿਹੜਾ ਉਹ ਖਰਚਾ ਆਪਦੇ ਪੱਲਿਓਂ ਪੇ ਕਰਦੀ ਆਗੇ ਉਹਨਾਂ ਨੂੰ ਉੱਥੇ ਹੋਟਲ ਦੇ ਵਿੱਚ ਰੱਖਣ ਦੇ ਲਈ ਸੋ ਕਾਫੀ ਪੈਸਾ ਜਿਹੜਾ ਰਿਫਿਊਜੀ ਤੇ ਆਪਣਾ ਮਤਲਬ ਕਿ ਇਨਵੈਸਟ ਕੀਤਾ ਜਾਂਦਾ ਹੈ ਕਿਉਂਕਿ ਕੀ ਹੁੰਦਾ ਵਾ ਕਿ ਜਦੋਂ ਉਹ ਇੱਥੇ ਆਉਂਦੇ ਤਾਂ ਉਹਨਾਂ ਦੇ ਡਾਕੂਮੈਂਟਸ ਜਿਹੜੇ ਸਾਰੇ ਉਹ ਗਵਰਨਮੈਂਟ ਲੈ ਲੈਂਦੀ ਹੈ ਈਵਨ ਆਰ ਆਈਡੈਂਟੀਟੀ ਵੀ ਨਹੀਂ ਹੁੰਦੀ ਕਿਉਂਕਿ ਮੈਂ ਜਿੱਥੇ ਪਹਿਲਾਂ ਚੈੱਕ ਕੈਸ਼ਿੰਗ ਤੇ ਕੰਮ ਕਰਦੀ ਹੁੰਦੇ ਸੀ ਸੋ ਉੱਥੇ ਬਹੁਤ ਸਾਰੇ ਰਿਫਿਊਜ਼ੀ ਚੈੱਕ ਕੈਸ਼ ਕਰਵਾਉਣ ਆਉਂਦੇ ਸੀ ਕਿਉਂਕਿ ਕੈਸ਼ ਤੇ ਜਾਂ ਚੈੱਕ ਤੇ ਕੰਮ ਕਰਦੇ ਸੀ ਤੇ ਜਦੋਂ ਆਪਾਂ ਆਈਟੀ ਮੰਗੀਦੀ ਸੀਗੀ ਤਾਂ ਉਹ ਕਹਿ ਦਿੰਦੇ ਸੀ ਕਿ ਸਾਡੇ ਅਸੀਂ ਰਿਫਿਊਜੀ ਸਟੇਟਸ ਤੇ ਆ ਕਿ ਸਾਡੇ ਸਾਰੇ ਡਾਕੂਮੈਂਟਸ ਜਿਹੜੇ ਆ ਉਹ ਗਵਰਨਮੈਂਟ ਦੇ ਕੋਲੇ ਆ ਸੋ ਇਸ ਕਾਰਨ ਕਰਕੇ ਜਿਹੜੇ ਤੁਸੀਂ ਕੰਮ ਨਹੀਂ ਕਰ ਸਕਦੇ ਹੁੰਦੇ ਹੁਣ ਆਪਾਂ ਗੱਲਬਾਤ ਕਰਦੀ ਹੈ ਕਿ ਰਿਫਿਊਜੀ ਸਟੇਟਸ ਲੈਣਾ ਜਾਂ ਰਿਫਿਊਜੀ ਹੋਣਾ ਕਿੰਨਾ ਕੁ ਸੌਖਾ ਵਾ ਕੀ ਤੁਹਾਨੂੰ ਇਹ ਰਾਹ ਅਪਣਾਉਣਾ ਚਾਹੀਦਾ ਵਾ ਕਿ ਨਹੀਂ ਅਪਣਾਉਣਾ ਚਾਹੀਦਾ ਹਾਂ ਪਰ ਉਸ ਤੋਂ ਪਹਿਲਾਂ ਜੇ ਆਪਾਂ ਇਹਦੇ ਇਹ ਵੀ ਦੱਸ ਦਈਏ ਵੀ ਇੱਕ ਇੱਕ ਪ੍ਰੋਸੈਸਿੰਗ ਟਾਈਮ ਕਿੰਨਾਗਾ ਇਹਦਾ ਹਨਾ ਸੋ ਸਭ ਤੋਂ ਮੇਨ ਗੱਲ ਆ ਵੀ ਜਦੋਂ ਤੁਸੀਂ ਆਪਣਾ ਰਿਫਿਊਜੀ ਦਾ ਕੇਸ ਲਾਤਾ ਨਾ ਉਦਾਰਨ ਉਦਾਰਨ ਟਾਈਮ ਲਾਈਨ ਕੋਈ ਨਹੀਂ ਹੈਗੀ ਹਨਾ ਆਪਣੀਆਂ ਫਾਈਲਾਂ ਦੇ ਡਿਪੈਂਡ ਕਰਦਾਗਾ ਇਮੀਗ੍ਰੇਸ਼ਨ ਦੇ ਡਿਪੈਂਡ ਕਰਦਾ ਹਨਾ ਕਿਉਂਕਿ ਉਹਨਾਂ ਨੇ ਪ੍ਰੋਪਰ ਵੈਰੀਫਿਕੇਸ਼ਨ ਕਰਨੀ ਹੁੰਦੀ ਹੈਗੀ ਇਹ ਨਹੀਂ ਹੈਗਾ ਕਿ ਵੀ ਤੁਸੀਂ ਆਪਣੀ ਮਨ ਕਾਟ ਤੱਕ ਹਣੀ ਦੱਸ ਸਕੀ ਤੇ ਉਹਨਾਂ ਨੇ ਤੁਹਾਨੂੰ ਰਿਫਿਜੀ ਕਲੇਮ ਕਰਤਾ ਨਹੀਂ ਸੋ ਉਹਨਾਂ ਦੀ ਬਹੁਤ ਸਾਰੀ ਜਾਂਚ ਪੜਤਾਲ ਹੁੰਦੀ ਹੈਗੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਬੈਕ ਕੰਟਰੀ ਦੇ ਨਾਲ ਵੀ ਤੁਹਾਡੀ ਸ਼ੇਅਰ ਕੀਤੀ ਜਾਂਦੀ ਆ ਫੇਰ ਜਾ ਕੇ ਕਿਤੇ ਉਹ ਫਾਈਨਲ ਡਿਸੀਜਨ ਦਿੰਦੇ ਆ ਸੋ ਕਾਫੀ ਲੰਮਾ ਪ੍ਰੋਸੈਸ ਸਾਲ ਤੋਂ ਜ਼ਿਆਦਾ ਦਾ ਪ੍ਰੋਸੈਸ ਆਗਾ ਇਹਦਾ ਜਿਹੜਾ ਲੱਗ ਜਾਂਦਾਗਾ ਹੁਣ ਆਪਾਂ ਗੱਲਬਾਤ ਕਰਦੇ ਕਿ ਕਿੰਨਾ ਕੁ ਸਹੀ ਆ ਰਿਫਿਊਜੀ ਆਉਣਾ ਸੋ ਮੇਰੇ ਸਾਬ ਦਿਨਾਲ ਤਾਂ ਨਹੀਂ ਸਹੀ ਹੈਗਾ ਕਿਉਂਕਿ ਕੀ ਹੁੰਦਾ ਵਕਿ ਪਹਿਲੀ ਗੱਲ ਤਾਂ ਤੁਸੀਂ ਆਪਣੇ ਬੈਕ ਹੋਮ ਕੰਟਰੀ ਦੇ ਵਿੱਚ ਨਹੀਂ ਜਾ ਸਕਦੇ ਹਨਾ ਕਿਉਂਕਿ ਤੁਸੀਂ ਇਹ ਕਲੇਮ ਕੀਤਾ ਹੁੰਦਾ ਕਿ ਮੈਨੂੰ ਉੱਥੇ ਖਤਰਾ ਵਾ ਹਾਂ ਖਾਸ ਕਰਕੇ ਜਿਨ੍ਹਾਂ ਨੇ ਹੁਣ ਇੰਡੀਆ ਤੋਂ ਰਿਫਿਊਜੀ ਕਲੇਮ ਲਿਆ ਹੋਇਆ ਉਹ ਸਿੱਧਾ ਡਾਇਰੈਕਟ ਇੰਡੀਆ ਡਾਇਰੈਕਟ ਨਹੀਂ ਜਾ ਸਕਦੇ ਫਲਾਈਟ ਲੈ ਕੇ ਹਨਾ ਸੋ ਉਹਨਾਂ ਨੂੰ ਕੀ ਆ ਉਹਨਾਂ ਨੂੰ ਹੋਰ ਕੰ ਦੇ ਥਰੂ ਉੱਥੇ ਜਾਣਾ ਪੈਂਦਾਗਾ ਸੋ ਬਹੁਤ ਸਾਰੇ ਜਿਹੜੇ ਰਿਫਿਊਜੀ ਕਲੇਮ ਕਰਦੇ ਆ ਫਿਰ ਉਹ ਪਹਿਲਾਂ ਇਥੋਂ ਨੇਪਾਲ ਜਾਂਦੇ ਆ ਕਿ ਵੀ ਅਸੀਂ ਨੇਪਾਲ ਘੁੰਮਣ ਜਾਂਦੇ ਆ ਫਿਰ ਨੇਪਾਲ ਤੋਂ ਬਾਈਟ ਰੇਨ ਉਹ ਇੰਡੀਆ ਐਂਟਰ ਹੁੰਦੇ ਨੇ ਸੋ ਡਾਇਰੈਕਟ ਤੁਸੀਂ ਆਪਣੀ ਕੰਟਰੀ ਦੇ ਵਿੱਚ ਨਹੀਂ ਜਾ ਸਕਦੇ ਹਾਂ ਮਤਲਬ ਆ ਕਿ ਕੋਈ ਦੁੱਖ ਸੁੱਖ ਪੈ ਜਾਵੇ ਤਾਂ ਤੁਸੀਂ ਨਹੀਂ ਜਾ ਸਕਦੇ ਸੋ ਜਦੋਂ ਸਾਰੇ ਰਿਫਿਊਜ਼ ਹੀ ਹੋਣੇ ਤਾਂ ਇਹ ਤਾਂ ਮਾਈਂਡ ਸੈਟ ਕਰਕੇ ਆਵੋ ਕਿ ਹੁਣ ਅਸੀਂ ਵਾਪਸ ਨਹੀਂ ਜਾ ਸਕਦੇ ਤੇ ਇੱਕ ਗੱਲ ਇਹ ਵੀ ਆ ਕਿ 70% ਜਿਹੜੀਆਂ ਫਾਈਲਾਂ ਰਿਫਿਊਜ਼ ਹੀ ਆਲੀਆਂ ਵਾ ਉਹ ਡਿਨਾਈਡ ਹੁੰਦੀਆਂ ਉਹ ਰਿਜੈਕਟ ਹੁੰਦੀਆਂ ਵਾ ਚਲੋ ਇਹ ਆ ਕਿ ਜੇ ਤੁਹਾਡੀ ਡਿਨਾਈਡ ਹੁੰਦੀ ਆ ਤੇ ਜਦ ਤੱਕ ਤੁਹਾਨੂੰ ਡੈਪੂਟੇਸ਼ਨ ਆਰਡਰ ਨਹੀਂ ਆਉਂਦਾ ਤੁਸੀਂ ਨਹੀਂ ਜਾ ਸਕਦੇ ਹੁੰਦੇ ਤੁਸੀਂ ਅਪੀਲ ਫਾਈਲ ਕਰ ਸਕਦੇ ਹੋ ਤੁਸੀਂ ਮੈਂ ਬਹੁਤ ਦੇਖੇ ਕਿ ਪਾਕਿਸਤਾਨ ਦੇ ਲੋਕ ਜ਼ਿਆਦਾ ਰਿਫਿਜੀ ਆਏ ਹੋਏ ਆ ਇੱਥੇ ਹਾਂ ਸੋ ਹਰੇਕ ਕੰਟਰੀ ਚੋਂ ਹੀ ਆਏ ਹੋਏ ਆ ਪਰ ਆਏ ਹਨਾ ਵੀ ਜਿਵੇਂ ਮੈਂ ਮੈਨੂੰ ਇੱਕ ਸਟੋਰੀ ਬਾਰੇ ਪਤਾ ਲੱਗਿਆ ਸੀਗਾ ਵੀ ਕੋਈ ਮੌਂਟਰੀਅਲ ਆਇਆ ਸੀ ਕਿਉਂਕਿ ਜ਼ਿਆਦਾਤਰ ਲੋਕ ਮੌਂਟਰੀਅਲ ਤੋਂ ਵੀ ਇੱਥੇ ਐਂਟਰ ਹੁੰਦੇ ਸੀਗੇ ਕਿਉਂਕਿ ਉੱਥੇ ਸਮੁੰਦਰ ਲੱਗਦਾ ਹਨਾ ਸੱਦੇ ਲੋਕ ਉੱਥੇ ਬਾਇ ਸ਼ਿਪ ਆ ਜਾਂਦੇ ਨੇ ਫਿਰ ਉੱਥੇ ਆ ਕੇ ਰਿਫਿਜੀ ਕਲੇਮ ਕਰਦੇ ਨੇ ਸੋ ਜਿਵੇਂ ਪਿੱਛੇ ਜੇ ਨਾ ਇੱਕ ਬੰਦਾ ਸੀਗਾ ਉਹਦੀ ਨਿਊਜ਼ ਵੀ ਬੜੀ ਵਾਇਰਲ ਹੋਈ ਸੀਗੀ ਫੈਮਿਲੀ ਸੀ ਨਹੀਂ ਇਕੱਲਾ ਬੰਦਾ ਸੀਗਾ ਤੇ ਉਹ ਰੋਡ ਤੇ ਖੜਾ ਸੀਗਾ ਤੇ ਉਹ ਉਹ ਗਾਲਾਂ ਕੱਢਣ ਲੱਗ ਗਿਆ ਸੀਗਾ ਜਿਵੇਂ ਵੀ ਆਪਣੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਹਨਾ ਤੇ ਉਹ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਸੀਗਾ ਵੀ ਉਹਨੇ ਆਪਣਾ ਰਿਫਿਊਜੀ ਕਲੇਮ ਕਰਨਾ ਸੀ ਕਿਉਂਕਿ ਉਹਨੇ ਗਾਲਾਂ ਕੱਢੀਆਂ ਤੇ ਗਵਰਨਮੈਂਟ ਨੂੰ ਉਹਨੇ ਸ਼ੋ ਕੀਤਾ ਵੀ ਮੈਂ ਮਤਲਬ ਕਿ ਵੀ ਆਧਾਰਮ ਦੇ ਲੋਕ ਮੇਰੇ ਅਗੇਂਸਟ ਆ ਵੀ ਜੇਕਰ ਮੈਂ ਉੱਥੇ ਇੰਡੀਆ ਗਿਆ ਤਾਂ ਉਹਨਾਂ ਨੇ ਮੈਨੂੰ ਮਾਰ ਦੇਣਾ ਤੇ ਇਹ ਵੀ ਮੈਂ ਰਿਫਿਊਜੀ ਕਲੇਮ ਕਰਨ ਜਾ ਰਿਹਾ ਸੋ ਇਦਾਂ ਦੀਆਂ ਲੋਕ ਮਤਲਬ ਕਿ ਹਰਕਤਾਂ ਵੀ ਕਰਦੇ ਨੇ ਇੱਥੇ ਪੱਕੇ ਹੋਣ ਦੇ ਲਈ ਸੋ ਹਨਾ ਵੀ ਕਿਵੇਂ ਨਾ ਕਿਵੇਂ ਉਹਨਾਂ ਨੇ ਗਵਰਨਮੈਂਟ ਨੂੰ ਇਹ ਸ਼ੋ ਕਰਨਾ ਵੀ ਮੈਨੂੰ ਖਤਰਾ ਪਈ ਮੈਂ ਉੱਥੇ ਵਾਪਸ ਨਹੀਂ ਜਾ ਸਕਦਾ ਸੋ ਮੈਂ ਰਿਫਿਊਜੀ ਕਲੇਮ ਜਿਹੜਾ ਲਾਉਣ ਲੱਗਿਆ ਹਾਂ ਹਾਂ ਸੋ ਕਈਆਂ ਦੀ ਤਾਂ ਮਜਬੂਰੀ ਵੀ ਹੁੰਦੀ ਆ ਬੇਸਿਕਲੀ ਕਿ ਕਈਆਂ ਦਾ ਉੱਥੇ ਨਹੀਂ ਹਨਾ ਵੀ ਐਨਾ ਹੁੰਦਾ ਕਿ ਗੁਜ਼ਾਰਾ ਹੁੰਦਾ ਨਾ فیرو ਇਹ ਤਰੀਕਾ ਅਪਣਾਉਂਦੇ ਆ ਪਰ ਵੈਸੇ ਸਹੀ ਢੰਗ ਨਹੀਂ ਹੈਗਾ ਪਰ ਠੀਕ ਆ ਤੁਹਾਡੇ ਤੇ ਹੈ ਕਿ ਤੁਸੀਂ ਕੀ ਕਰਨਾ ਸੋ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਬਹੁਤ ਲੋਕੀ ਕਈ ਵਾਰ ਬਹੁਤ ਆਸਾਨੀ ਨਾਲ ਕਹਿ ਦਿੰਦੇ ਆ ਕਿ ਚਲ ਜੇ ਨਹੀਂ ਪੱਕੇ ਹੋਇਆ ਜਾਊਗਾ ਤਾਂ ਰਿਫਿਊਜ਼ੀ ਕਲੇਮ ਕਰ ਲਾਗੀ ਪਰ ਜੇ ਤੁਸੀਂ ਸਟੂਡੈਂਟ ਔਰ ਨਿਓ ਵਿਜ਼ਟਰ ਵੀਜ਼ੇ ਤੇ ਆਉਨੇ ਹੋ ਇਹ ਨਹੀਂ ਹੈਗਾ ਕਿ ਤੁਸੀਂ ਇੱਥੇ ਆ ਕੇ 6-7 ਮਹੀਨੇ ਰਹਿ ਕੇ ਤੇ ਉਸ ਤੋਂ ਬਾਅਦ ਤੁਸੀਂ ਰਿਫਿਊਜ਼ੀ ਕਲੇਮ ਕਰ ਸਕਦੇ ਹੋ ਨਹੀਂ ਨਹੀਂ ਕਿਉਂਕਿ ਰਿਫਿਊਜ਼ੀ ਤੁਸੀਂ ਔਨ ਦੀ ਸਪਾਟ ਹੀ ਦੱਸਣਾ ਹੁੰਦਾ ਹਾਂ ਹਾਂ ਸੋ ਤੁਹਾਡੇ ਕੋਲੇ ਪਹਿਲਾਂ ਹੀ ਇਹ ਚੀਜ਼ ਸਾਰੀ ਚੀਜ਼ ਤਿਆਰ ਹੋਣੀ ਚਾਹੀਦੀ ਹੈ ਵੀ ਹਾਂ ਸਿਓ ਜਾ ਕੇ ਰਿਫਿਊਜੀ ਕਲੇਮ ਕਰਨਾ ਸੋ ਵਾਰ-ਵਾਰ ਉਹੀ ਗੱਲ ਵੀ ਇੱਕ ਛੋਟੀ ਜੀ ਕਹਾਣੀ ਘਟ ਕੇ ਤੁਸੀਂ ਇੱਥੇ ਨਹੀਂ ਆ ਸਕਦੇ ਵੀ ਸਾਨੂੰ ਸਾਡੇ ਦੇਸ਼ ਤੋਂ ਖਤਰਾ ਬਹੁਤ ਸੋਲਿਡ ਪੁਆਇੰਟ ਹੋਣੇ ਚਾਹੀਦੇ ਨੇ ਫੇਰ ਕਿਤੇ ਜਾ ਕੇ ਤੁਹਾਡੀ ਫਾਈਲ ਅਕਸੈਪਟ ਹੁੰਦੀ ਆ ਸੋ ਸਾਡਾ ਤਾਂ ਕਹਿਣਾ ਇਹ ਭਾਈ ਰਿਫਿਊਜੀ ਵਾਲੇ ਪਾਸੇ ਨਾ ਜਾਓ ਆ ਟਰਾਈ ਕਰੋ ਵੀ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਇੱਥੇ ਪੱਕੇ ਹੋ ਸਕਦੇ ਹੋ ਐਲ ਐਮ ਆਈ ਲੈ ਲਓ ਹਨਾ ਉਹਦੇ ਤੇ ਤੁਹਾਨੂੰ ਵਰਕ ਪਰਮਿਟ ਮਿਲ ਜਾਊਗਾ ਜਾਂ ਹੋਰ ਬਹੁਤ ਸਾਰੀਆਂ ਆਪਸ਼ਨਾਂ ਹੈਗੀਆਂ ਸੋ ਇਹ ਵੀਡੀਓ ਸਾਰੀ ਬਣਾ ਕੇ ਸਾਡੀ ਵੀ ਨੌਲੇਜ ਦੇ ਵਿੱਚ ਬਹੁਤ ਵਾਧਾ ਹੋਇਆ ਹਨਾ ਅਸੀਂ ਰਿਸਰਚ ਕੀਤੀ ਸਾਨੂੰ ਪਤਾ ਲੱਗੀਆਂ ਚੀਜ਼ਾਂ ਵੀ ਕਿੱਦਾਂ ਵਰਕਆਊਟ ਕਰਦੀਆਂ ਨੇ ਤੇ ਨਾਲ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕੀਤੇ ਆ ਉਮੀਦ ਕਰਦਾ ਹੁਣ ਤੁਹਾਨੂੰ ਵੀ ਰਿਫਿਊਜੀ ਕਲੇਮ ਬਾਰੇ ਪਤਾ ਲੱਗ ਗਿਆ ਹੋਣਾ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਹੈਗਾ ਸੀਗਾ ਵੀ ਅਸੀਂ ਜਾ ਕੇ ਰਿਫਿਊਜੀ ਲੈਣਾ ਕਿਤੇ ਨਾ ਕਿਤੇ ਹੁਣ ਤੁਸੀਂ ਵੀ ਸੋਚ ਵਿਚਾਰ ਕਰੋਗੇ ਸੋ ਇਸੇ ਨਾਲ ਹੀ ਵੀਡੀਓ ਤੇ ਹੀ ਕਰਦੇ ਆਪਾਂ ਸਮਾਪਤੀ ਤੇ ਜਲਦੀ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ